स्वागत है जी पंजाब फार्मर चैनल पे। मैं गोरा सिंह गरेवाल पिंड उगराहां। सारे ही किसान भीरों सत श्री अकाल जी। अज असी आए हुए हैं जी पिंड रामपुरा दगाल पातड़ा दे लवे जी। तो बई कुलबीर सिंह दे आपां ने गोभी लवाई सी जी। तो पहली बार इनू आपां ने गोभी की पनीरी दिती सी। तो बई नाल करदे आं गल की किवें रही। सत श्री अकाल बई जी। सत श्री अकाल बई जी। बई जी असी गोरे वीर दे कोले गए सी उगराहां। उन्होंने सानू गोभी की पनीरी दी सी जो कि असी अक्तूबर महीने के 22-23 तरीक नूं लाई सी। जिसका ला लो भी असी रिजल्ट आप परख के आप देखिया भी रिजल्ट बहुत ही टॉप है। फुल बिल्कुल चिट्टा तो बहुत ही ला लो भी तुसी रंग सोहना। मंडी दे विच पहल दे आधार ते जिहड़ी गोभी ला लो जी बिकदी है भीर जी। जी हाँ जी बई जी। तो यदि एक होर खासियत है जी गोभी की। हाँ जी। मतलब 700 ग्राम तो लेकर किलो तक। हाँ जी। ये जो फुल है वह पत्ते दे विच इन्ना लिपटा हुआ है कि आप देख नहीं सकते। पता नहीं लगता। मतलब पता नहीं लगता भी फुल हो गया कि नहीं हो गया। हाँ जी हाँ। उदे कारण इहदा गोभी का रंग बहुत चिट्टा। बड़े फुल हो गए जो कोई लाल वगैरह तो नहीं होया भाई। नहीं मतलब यह कोई लाल नहीं जी। कोई रंग नहीं चेंज करती। कोई छिद्दा नहीं पैंदा जी। फुल आ दिखा दिंदा थोनू साडे कोले पए ने। आ देखो जी लगभग भी 3-4 किलो का फुल है। बिल्कुल बाई जी वाइट है। बिल्कुल बहुत सोहनी गोभी है जी। आ देख सकते हो जी तुसी। ते हाथ थकाउंदा जी जिवें डंबल हुंदे ने इस तरह भारी है जी। मेरे ख्याल दे विच तोलिया तो है नहीं। जिस तरह हाथ दस रहा है कि 5 किलो का फुल होगा ये। तो आ फुल होगा 3 किलो का। तो हले भी जिहड़ा वड्डा फुल होण करके भी ये हले भी चिट्टा है बिल्कुल। तो बाकी बाई हुरी दसदे सीगे ते कहिंदे भी पहला आउंदे तुसी भी बहुत होर भी जिहड़े चिट्टे मिलने सी। बेचती बाई हुरां ने इधरों तो निबड़ गई इन्हां दी गोभी। बाकी कुलबीर वीरे ये दस्यो कि स्परेहां बारे दस्यो की कीता ते तुसी। स्परेहां बई जी असी ला लो भी वाइज प्रोडक्ट वरतदे आ ज्यादा। असी कलपात्रू कंपनी दे ठीक है जी। में कलफाटी ठीक है जी। आ गया ला लो कैद रूट आ गया। ठीक है जी। ट्रकोडर्मा आ गया जी। ठीक है जी। ये ज्यादा यूज करते हैं असी। इन्हां दा कैलप्रश ते कैलफाटी बहुत वधिया ला लो भी। ठीक है जी। रिजल्ट भाजी रिजल्ट वधिया जी। हाँ ठीक है जी। ਬਾਕੀ ਕੈਲ ਰੂਟ ਤੁਸੀਂ ਵਰਤੇ ਆ ਮਤਲਬ ਕੈਲ ਕੈਲ ਰੂਟ ਰੂਟ ਨਾ ਜੀ ਆ ਫੰਗਸ ਲਾ ਲਓ ਕਾਰਨ ਹਨਾ ਫੰਗਸ ਵਾਸਤੇ ਨਹੀਂ ਲਾ ਹੁੰਦਾ। ਲਓ ਵੀ ਦੀ ਬੈਸਟ ਹੈ ਜੀ। ਬਿਲਕੁਲ ਜੀ ਜਿਹੜੀ ਫੰਗਸ ਦੀ ਕੋਈ ਇਹਨਾਂ ਦੇ ਇੱਕ ਵੀ ਬੂਟੇ ਨੂੰ ਦੇਖਣ ਨੂੰ ਨਹੀਂ ਮਿਲੀ ਜੀ। ਅਤੇ ਕਲਪਾਤਰੂ ਦੇ ਇਹ ਜਿਹੜੇ ਪ੍ਰੋਡਕਟ ਨੇ ਵਰਤਦੇ ਨੇ ਜੀ। ਅਤੇ ਬਹੁਤ ਵਧੀਆ ਜੀ। ਕੋਈ ਬਿਮਾਰੀ ਨਹੀਂ ਨਜ਼ਰ ਆਈ। ਕੋਈ ਸੁੰਡੀ ਨਹੀਂ ਨਜ਼ਰ ਆਈ ਜੀ। ਕੋਈ ਫੰਗਸ ਨਹੀਂ ਨਜ਼ਰ ਆਈ ਇਹਦੇ ਵਿੱਚ। ਇੱਕ ਬਾਈ ਜੀ ਇਹ ਦੱਸਿਓ ਕਿ ਗਡਾਈਆਂ ਕਿੰਨੀਆਂ ਕਰਦੇ ਆ ਗੋਭੀ ਨੂੰ। ਮਿੱਟੀ ਤਾਂ ਤੁਸੀਂ ਬਹੁਤ ਘੱਟ ਲਾਈ ਹੈ ਅਤੇ ਗਡਾਈਆਂ ਬਾਰੇ ਦੱਸਿਓ। ਗਡਾਈਆਂ ਬਾਈ ਜੀ ਅਸੀਂ ਇਹਦੇ 2 ਕਰਤੀਆਂ। ਅੱਛਾ ਜੀ। 2 ਗੜਾਈਆਂ ਕਰਕੇ ਲਾ ਲਓ ਵੀ ਤੁਸੀਂ ਇਹ ਗੋਭੀ ਆਪਣੀ ਪੂਰੀ ਹੋ ਗਈ। ਅੱਛਾ ਜੀ। ਇੱਕ ਇਹਦੀ ਹੋਰ ਬਹੁਤ ਖਾਸੀਅਤ ਹੈ ਜੀ। ਮਤਲਬ ਵੀ ਇਸ ਤਰ੍ਹਾਂ ਦੀ ਵਰਾਇਟੀ ਸਾਨੂੰ ਕਦੇ ਵੀ ਨਹੀਂ ਮਿਲੀ ਅੱਛਾ ਜੀ। ਭਾਜੀ ਚਲੋ ਮੂੰਹ ਤੇ ਵੈਸੇ ਤਾਰੀਫ ਨਹੀਂ ਕਰਨੀ ਚਾਹੀਦੀ। ਠੀਕ ਹੈ। ਮਤਲਬ ਜਿਹੜੀ ਇਹ ਵਰਾਇਟੀ ਹੈ ਤੁਹਾਡੀ ਹਾਂਜੀ ਵਾਕਈ ਤਾਰੀਫ ਯੋਗ ਹੈ। ਠੀਕ ਹੈ ਜੀ। ਅਸੀਂ ਹੋਰ ਫਾਰਮਾਂ ਤੋਂ ਵੀ ਆਪਾਂ ਨਾਂ ਨਹੀਂ ਲੈਣਾ। ਅਸੀਂ ਪਹਿਲਾਂ ਵਰਤਦੇ ਹਾਂ। ਲਾਲ ਹੋ ਜਾਂਦੀ ਹੈ ਕੋਈ ਨਿਸਰ ਜਾਂਦੀ ਆ। ਹਾਂਜੀ। ਮਤਲਬ ਇਹ ਲਾ ਲਓ ਵੀ ਤੁਸੀਂ ਸਾਡਾ ਸਾਰਾ ਨਿਬੜ ਗਿਆ ਜਿੱਧਰੋਂ ਵੱਢਦੇ ਆ ਰਹੇ ਹਾਂ ਅਸੀਂ ਜੀ ਉਸ ਤਰ੍ਹਾਂ ਦੇ ਉਹ ਖੜੇ ਬਿਲਕੁਲ ਵਾਈਟ ਤੇ ਲਾ ਲਓ ਵੀ ਪੂਰੀ ਜਿਵੇਂ ਆਪਾਂ ਕਹਿੰਦੇ ਵੀ ਨਿਗਰ ਹੈ ਜੀ। ਠੀਕ ਹੈ। ਦੇਖਣ ਦੇ ਵਿੱਚ ਵੀ ਵਜਨ ਦੇ ਵਿੱਚ ਵੀ ਬਿਲਕੁਲ ਜੀ। ਤੇ ਫਿਰ ਤੁਸੀਂ ਇਹ ਮੰਡੀ 'ਚ ਵੇਚਦੇ ਹੋ ਕਿਵੇਂ? ਉਰੇ ਵੇਚਦੇ? ਉਰੇ ਵੀ ਸੜਕ ਹੈ ਤੁਹਾਡੇ? ਅਸੀਂ ਭਾਜੀ ਹੁਣ ਤਾਂ ਸਾਡਾ ਲਾ ਲਓ ਵੀ ਟਰਾਲੀ ਅਸੀਂ ਪਤਨਾ ਖੜਾਈ ਹੋਈ ਹੈ ਜੀ। ਅੱਛਾ ਜੀ। ਅਸੀਂ ਸਵੇਰ ਵੜਦੇ ਹਾਂ ਲਾ ਲਓ ਵੀ 10-11 ਵਜੇ। ਅੱਛਾ ਜੀ। ਤੇ 4 ਵਜੇ ਨੂੰ ਸਾਡੀ ਟਰਾਲੀ ਜੀ ਖਾਲੀ ਹੋ ਜਾਂਦੀ ਹੈ ਜੀ। ਅੱਛਾ। ਤੇ ਜ਼ਿਮੀਦਾਰਾਂ ਤੌਰ ਤੇ ਅਗਲਾ ਕਹਿੰਦਾ ਵੀ ਤੁਸੀਂ ਇੰਨੀ ਵਧੀਆ ਵੈਰਾਈਟੀ ਹਾਂਜੀ ਚਿੱਟੀ ਗੋਭੀ ਲਾ ਲਓ ਵੀ ਠੀਕ ਹੈ ਲੈ ਕੇ ਆਏ ਹੋ। ਹਾਂਜੀ ਹਾਂਜੀ। ਲੋਕ ਬਹੁਤ ਪਸੰਦ ਕਰਦੇ ਨੇ। ਬਾਕੀ ਬਾਈ ਮਿਹਨਤ ਬਹੁਤ ਕਰਦੇ ਨੇ। ਬਹੁਤ ਮਿਹਨਤ ਕੀਤੀ ਹੋਈ ਆ ਬਾਈਆਂ ਦੀ। ਤੁਸੀਂ ਦੇਖ ਲਓ ਕੋਈ ਵੀ ਕੱਖ ਨਹੀਂ ਹੈਗਾ। ਲਾਸਟ ਹੈ ਹੁਣ 1-2 ਦਿਨਾਂ ਦੀ ਵੀ ਰਹਿ ਗਈ ਗੋਭੀ। ਸਾਰੇ ਫੁੱਲ ਬਣੇ ਪਏ ਨੇ ਅਤੇ ਬਹੁਤ ਮਿਹਨਤ ਕੀਤੀ ਹੈ। ਅਤੇ ਬਾਈ ਜੀ ਹੋਰ ਕੀ ਕੀ ਸਬਜ਼ੀਆਂ ਲਾਉਣੇ ਤੁਸੀਂ? ਹੋਰ ਸ਼ਿਮਲਾ ਮਿਰਚ ਠੀਕ ਹੈ ਕੌੜੀ ਮਿਰਚ ਵੀ ਹੈ ਜੀ ਆਪਣੇ ਠੀਕ ਕੋਲ ਹੈ ਜੀ। ਅਤੇ ਖੀਰਾ ਜੀ ਬੈਂਗਣਾ ਜੀ ਆਪਣੇ ਕੋਲ ਲੱਗਿਆ ਦੇਸੀ ਕੱਦੂ ਆ ਭਾਜੀ। ਠੀਕ ਹੈ ਜੀ। ਹਾਂਜੀ ਹਾਂਜੀ 7 ਵਰਾਈਟੀਆਂ ਆਪਾਂ ਲਾਉਂਦੇ ਹਾਂ। 7 ਵਰਾਈਟੀ ਕਿੰਨੇ ਏਕੜ ਜੀ? ਆਪਣੇ ਕੋਲ 7 ਏਕੜ ਲੱਗੀ ਹੋਈ ਹੈ ਜੀ। 7 ਏਕੜ ਜੀ। ਹਾਂਜੀ ਹਾਂਜੀ ਠੀਕ ਹੈ। ਫਿਰ ਮਿਹਨਤ ਤੁਸੀਂ ਦੋਨੇ ਹੀ ਕਰਦੇ ਹੋ ਹਾਂਜੀ? ਹਾਂਜੀ ਹਾਂ ਜੀ ਮੈਂ ਤੇ ਡੈਡੀ ਦੋਏ। ਠੀਕ ਹੈ ਤੁਸੀਂ? ਠੀਕ ਹੈ। ਨਾਲ ਚਾਚਾ ਜੀ ਦਾ ਸਾਰਾ ਹੈ। ਠੀਕ ਹੈ। ਬਾਕੀ ਬਾਈ ਹੋਰਾਂ ਨੇ ਤੁਹਾਨੂੰ ਸਾਰਿਆਂ ਨੂੰ ਦਿਸੀ ਰਹੀ ਹੈ ਜੀ ਬਹੁਤ ਮਿਹਨਤ ਕੀਤੀ ਹੋਈ ਹੈ। ਅਤੇ ਜਿਹੜੇ ਬਤਾਊ ਲਾਏ ਹੋਏ ਨੇ ਜੀ ਬਤਾਊਆਂ ਦੇ ਵਿੱਚ ਥੋੜ੍ਹਾ ਜਿਹਾ ਧੱਕਾ ਮਾਰਿਆ ਜੀ ਕੋਰੇ ਨੇ। ਅਤੇ ਵੈਸੇ ਠੀਕ ਹੋ ਜਾਣਗੇ। ਕੋਈ ਦਿੱਕਤ ਵਾਲੀ ਬਾਈ ਕੋਈ ਗੱਲ ਹੈ ਨਹੀਂ ਗੀ ਉਹਦੇ ਵਿੱਚ। ਠੀਕ ਹੋ ਜਾਣਗੇ ਹੈ ਨਾ। ਬਾਕੀ ਪਰਮਾਤਮਾ ਜੋ ਕਰਦਾ ਹੈ ਨਾ ਉਹਨੂੰ ਵੀ ਪਤਾ ਹੈ ਨਾ। ਠੀਕ ਹੈ ਜੀ। ਅਤੇ ਬਾਕੀ ਸਾਰਿਆਂ ਨੂੰ ਜਿਵੇਂ ਵੀ ਬਾਈ ਸਾਰਿਆਂ ਨੂੰ ਚੰਗੀ ਲੱਗੀ ਬਾਈ ਜੀ ਨਾਲ ਗੱਲਬਾਤ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ।
ਧੰਨਵਾਦ ਜੀ।